ਹੈਲੋ ਫਰੈਂਡਸ ਹਾਊ ਆਰ ਯੂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਪੜ੍ਹਾਂਗੇ ਸੋਨ ਰੇਸ਼ਮਾ ਪੰਜਾਬੀ ਵਿਆਕਰਣ ਅਤੇ ਰਚਨਾਵਾ ਕਲਾਸ 3 ਦੇ ਸੈਕੰਡ ਚੈਪਟਰ ਪਾਠ 2 ਵਿਆਕਰਣ ਦੀ ਪੜਾਈ ਸਟਡੀ ਆਫ ਗ੍ਰਾਮਰ ਪੰਜਾਬੀ ਦੀ ਗ੍ਰਾਮਰ ਬਾਰੇ ਅੱਜ ਦੱਸਾਂਗੇ ਪਿਆਰੇ ਬੱਚਿਓ ਅੱਜ ਅਸੀਂ ਇਹ ਜਾਣਾਂਗੇ ਕਿ ਵਿਆਕਰਣ ਕੀ ਹੈ ਅਤੇ ਇਸ ਦੀ ਪੜਾਈ ਕਿਉਂ ਜ਼ਰੂਰੀ ਹੈ ਯਾਦ ਰੱਖੋ ਕਿ ਪਹਿਲਾਂ ਭਾਸ਼ਾ ਹੋਂਦ ਵਿੱਚ ਆਉਂਦੀ ਹੈ ਅਤੇ ਬਾਅਦ ਵਿੱਚ ਭਾਸ਼ਾ ਦੇ ਨਿਯਮ ਬਣਾਏ ਜਾਂਦੇ ਹਨ ਭਾਸ਼ਾ ਦੇ ਨਿਯਮ ਭਾਸ਼ਾ ਦੀ ਸ਼ੁੱਧਤਾ ਲਈ ਹੁੰਦੇ ਹਨ ਇਹਨਾਂ ਨਿਯਮਾਂ ਨੂੰ ਹੀ ਵਿਆਕਰਣ ਕਿਹਾ ਜਾਂਦਾ ਹੈ ਵਿਆਕਰਣ ਹੀ ਭਾਸ਼ਾ ਦੀ ਸ਼ੁੱਧਤਾ ਦਾ ਫੈਸਲਾ ਕਰਦਾ ਹੈ ਬੱਚਾ ਮਾਤ ਭਾਸ਼ਾ ਨੂੰ ਬੋਲਣਾ ਤਾਂ ਘਰ ਵਿੱਚ ਹੀ ਸਿੱਖਦਾ ਹੈ ਪਰ ਉਸ ਨੂੰ ਇਸ ਭਾਸ਼ਾ ਦੀ ਸ਼ੁੱਧਤਾ ਦਾ ਗਿਆਨ ਸਕੂਲ ਵਿੱਚ ਆ ਕੇ ਹੀ ਹੁੰਦਾ ਹੈ ਇਹ ਵਿਆਕਰਣ ਦੀ ਪੜ੍ਹਾਈ ਰਾਹੀਂ ਸੰਭਵ ਹੋ ਸਕਦਾ ਹੈ ਜੇਕਰ ਸਕੂਲ ਵਿੱਚ ਵਿਆਕਰਣ ਦੀ ਪੜ੍ਹਾਈ ਨਾ ਕਰਾਈ ਜਾਵੇ ਤਾਂ ਹਰ ਬੱਚਾ ਅਲੱਗ-ਅਲੱਗ ਢੰਗ ਨਾਲ ਭਾਸ਼ਾ ਦੀ ਵਰਤੋਂ ਕਰੇਗਾ ਵਿਆਕਰਨ ਦੇ ਗਿਆਨ ਦੀ ਅਨਹੋਦ ਵਿੱਚ ਉਹ ਭਾਸ਼ਾ ਦੇ ਸ਼ੁੱਧ ਰੂਪ ਦੀ ਵਰਤੋਂ ਨਹੀਂ ਕਰ ਸਕੇਗਾ ਇਸ ਤੋਂ ਬਿਨਾ ਉਹ ਸ਼ਬਦ ਜੋੜਾਂ ਦੀਆਂ ਗਲਤੀਆਂ ਵੀ ਕਰੇਗਾ ਇਹ ਠਹ ਤੇ ਵੇਰਵੇ ਨੂੰ ਧਿਆਨ ਨਾਲ ਪੜੋ ਗੀਤਾ ਪੜ ਰਹੀ ਸੀ ਪੁਸਤਕ ਪੁਸਤਕ ਗੀਤਾ ਪੜ ਰਹੀ ਸੀ ਗੀਤਾ ਪੁਸਤਕ ਪੜ ਰਹੀ ਸੀ ਇਹ ਸਾਰੀਆਂ ਲਾਈਨਾਂ ਜਿਹੜੀਆਂ ਨੇ ਉਹਨਾਂ ਨੇ ਅਲੱਗ-ਅਲੱਗ ਕਰਕੇ ਦੱਸੀਆਂ ਕਿ ਅਲੱਗ-ਅਲੱਗ ਲੋਕ ਕਿਸ ਤਰੀਕੇ ਨਾਲ ਬੋਲਦੇ ਆ ਪਹਿਲੇ ਨੰਬਰ ਤੇ ਦਿੱਤੇ ਵੇਰਵੇ ਨੂੰ ਵਾਕ ਨਹੀਂ ਕਿਹਾ ਜਾ ਸਕਦਾ ਇਸ ਵਿੱਚ ਸ਼ਬਦ ਜੋੜਾ ਅਤੇ ਵਿਆਕਰਨ ਦੀਆਂ ਗਲਤੀਆਂ ਹਨ ਦੂਜੇ ਨੰਬਰ ਤੇ ਦਿੱਤੇ ਵੇਰਵੇ ਵਿੱਚ ਇਹਨਾਂ ਗਲਤੀਆਂ ਨੂੰ ਦੁਹਰਾਇਆ ਗਿਆ ਹੈ ਤੀਸਰੇ ਨੰਬਰ ਤੇ ਦਿੱਤੇ ਵੇਰਵੇ ਨੂੰ ਸ਼ੁੱਧ ਵਾਕ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਨਾ ਤਾਂ ਸ਼ਬਦ ਜੋੜ ਦੀਆਂ ਗਲਤੀਆਂ ਹਨ ਤੇ ਨਾ ਹੀ ਸ਼ਬਦਾਂ ਦੀ ਤਰਤੀਬ ਗਲਤ ਹੈ ਵਿਆਕਰਨ ਦੇ ਅੰਗ ਜਾਂ ਭਾਗ ਵਿਆਕਰਨ ਅੱਖਰਬੋਧ ਵਿਆਕਰਨ ਦੇ ਇਸ ਭਾਗ ਵਿੱਚ ਅੱਖਰਾਂ ਲਗਾ ਤੇ ਲਗਾਖਰਾਂ ਅਤੇ ਇਹਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਸ਼ਬਦ ਬੋਧ ਵਿਆਕਰਣ ਦੇ ਸ਼ਬਦ ਬੋਧ ਵਾਲੇ ਭਾਗ ਵਿੱਚ ਸ਼ਬਦਾਂ ਦੀਆਂ ਕਿਸਮਾਂ ਸ਼ਬਦਾਂ ਦੀ ਰਚਨਾ ਅਤੇ ਇਹਨਾਂ ਦੀ ਵਰਤੋਂ ਦੇ ਨੀਮਾ ਆਦ ਬਾਰੇ ਜਾਣਕਾਰੀ ਸ਼ਾਮਿਲ ਹੁੰਦੀ ਹੈ ਅੰਗੂਰ ਕਮਲਾ ਵਾਕ ਬੋਧ ਵਾਕ ਬੋਧ ਵਾਲੇ ਭਾਗ ਵਿੱਚ ਵਾਕਾਂ ਦੀ ਰਚਨਾ ਤੇ ਇਹਨਾਂ ਦੀਆਂ ਕਿਸਮਾਂ ਆਦ ਬਾਰੇ ਜਾਣਕਾਰੀ ਹੁੰਦੀ ਹੈ ਬੱਚੇ ਗੀਤ गा ਰਹੇ ਹਨ ਮੁੰਡਾ ਸਾਈਕਲ ਚਲਾ ਰਿਹਾ ਹੈ ਅਰਥਬੋਧ ਵਿਆਕਰਨ ਦੇ ਇਸ ਭਾਗ ਵਿੱਚ ਸ਼ਬਦਾਂ ਦੀ ਅਰਥਾਂ ਦੇ ਪੱਖੋਂ ਵਿਆਖਿਆ ਕੀਤੀ ਜਾਂਦੀ ਹੈ ਇਸ ਭਾਗ ਵਿੱਚ ਬਹੁਰਥਕ ਸ਼ਬਦ ਸਮਾਨਾਰਥਕ ਸ਼ਬਦ ਵਿਰੋਧੀ ਆਰਥਿਕ ਸ਼ਬਦ ਅਤੇ ਬੋਧੇ ਸ਼ਬਦਾਂ ਦੀ ਥਾਂ ਇੱਕ ਸ਼ਬਦਾਤ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਭਾਸ਼ਾ ਦੀ ਸ਼ੁੱਧਤਾ ਲਈ ਵਿਆਕਰਨ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ ਤੁਸੀਂ ਜਾਣ ਗਏ ਹੋਵੋਗੇ ਭਾਸ਼ਾ ਦੀ ਸ਼ੁੱਧਤਾ ਲਈ ਕੁਝ ਨਿਯਮ ਬਣਾਏ ਜਾਂਦੇ ਹਨ ਇਹਨਾਂ ਨਿਯਮਾਂ ਦੇ ਸਮੂਹ ਨੂੰ ਹੀ ਵਿਆਕਰਣ ਕਿਹਾ ਜਾਂਦਾ ਹੈ ਭਾਸ਼ਾ ਦੀ ਸ਼ੁੱਧਤਾ ਲਈ ਵਿਆਕਰਣ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ ਵਿਆਕਰਣ ਨੂੰ ਅੱਖਰ ਬੋਧ ਸ਼ਬਦ ਬੋਧ ਵਾਕ ਬੋਧ ਅਤੇ ਅਰਥ ਬੋਧ ਨਾਂ ਦੇ ਅੰਗਾਂ ਜਾਂ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਹੁਣ ਅਸੀਂ ਕਰਾਂਗੇ ਪਾਠ ਅਭਿਆਸ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ ਭਾਸ਼ਾ ਦੀ ਸ਼ੁੱਧਤਾ ਦਾ ਫੈਸਲਾ ਕਰਦਾ ਹੈ ਪਾਠ ਅਧਿਆਪਕ ਵਿਆਕਰਣ ਗਿਆਨ ਵਿਆਕਰਣ ਬੱਚਾ ਮਾਧ ਭਾਸ਼ਾ ਨੂੰ ਬੋਲਣਾ ਕਿੱਥੋਂ ਸਿੱਖਦਾ ਹੈ ਵਿਆਕਰਨ ਤੋਂ ਸਕੂਲ ਤੋਂ ਅਧਿਆਪਕਾਂ ਤੋਂ ਘਰ ਤੋਂ ਘਰ ਤੋਂ ਬੱਚੇ ਨੂੰ ਭਾਸ਼ਾ ਦੀ ਸ਼ੁੱਧਤਾ ਦਾ ਗਿਆਨ ਹੁੰਦਾ ਹੈ ਘਰ ਵਿੱਚ ਸਕੂਲ ਵਿੱਚ ਟਿਊਸ਼ਨ ਤੇ ਪੜ੍ਹਾਈ ਤੋਂ ਸਕੂਲ ਵਿੱਚ ਬ੍ਰੈਕਟਾਂ ਵਿੱਚ ਦਿੱਤੇ ਸ਼ਬਦਾਂ ਵਿੱਚ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਬੱਚੇ ਨੂੰ ਭਾਸ਼ਾ ਦੀ ਸ਼ੁੱਧਤਾ ਦਾ ਗਿਆਨ ਡੈਸ਼ ਵਿੱਚ ਆ ਕੇ ਹੁੰਦਾ ਹੈ ਸਕੂਲ ਵਿਆਕਰਨ ਦੇ ਗਿਆਨ ਦੀ ਡੈਸ਼ ਵਿੱਚ ਭਾਸ਼ਾ ਦਾ ਸ਼ੁੱਧ ਰੂਪ ਕਾਇਮ ਨਹੀਂ ਰਹਿੰਦਾ ਅਣਹੋਦ ਵਿਆਕਰਣ ਹੀ ਭਾਸ਼ਾ ਦੀ ਡੈਸ਼ ਦਾ ਫੈਸਲਾ ਕਰਦਾ ਹੈ ਸ਼ੁੱਧਤਾ। ਪਾੜ ਦੇ ਆਧਾਰ ਤੇ ਸਹੀ ਕਥਨ ਅਗੇ ਸਹੀ ਦਾ ਨਿਸ਼ਾਨ ਤੇ ਗਲਤ ਕਥਨ ਅਗੇ ਗਲਤ ਦਾ ਨਿਸ਼ਾਨ ਲਗਾਓ। ਭਾਸ਼ਾ ਦੀ ਸ਼ੁੱਧਤਾ ਲਈ ਵਿਆਕਰਣ ਦੀ ਪੜ੍ਹਾਈ ਜ਼ਰੂਰੀ ਨਹੀਂ ਗਲਤ। ਪਹਿਲਾਂ ਵਿਆਕਰਣ ਹੋਂਦ ਵਿੱਚ ਆਉਂਦਾ ਹੈ ਤੇ ਬਾਅਦ ਵਿੱਚ ਭਾਸ਼ਾ ਪੈਦਾ ਹੁੰਦੀ ਹੈ। ਗਲਤ। ਭਾਸ਼ਾ ਦੀ ਸ਼ੁੱਧਤਾ ਲਈ بنائے ਨਿਯਮ ਹੀ ਵਿਆਕਰਣ ਖਵਾਉਂਦੇ ਹਨ ਸਹੀ। ਵਿਆਕਰਣ ਹੀ ਭਾਸ਼ਾ ਦੀ ਸ਼ੁੱਧਤਾ ਦਾ ਫੈਸਲਾ ਕਰਦਾ ਹੈ ਸਹੀ। ਬੱਚਾ ਬੋਲਣ ਤੋਂ ਸਕੂਲ ਵਿੱਚ ਆ ਕੇ ਹੀ ਸਿੱਖਦਾ ਹੈ ਗਲਤ। ਵਿਆਕਰਨ ਦੇ ਅਰਥ ਬੋਧ ਵਾਲੇ ਭਾਗ ਵਿੱਚ ਸ਼ਬਦਾਂ ਦੀ ਅਰਥਾਂ ਦੇ ਪੱਖੋਂ ਵਿਆਖਿਆ ਹੁੰਦੀ ਹੈ ਸਹੀ ਪਹਿਲਾ ਪਾਸ਼ਾ ਹੋਂਦ ਵਿੱਚ ਆਉਂਦੀ ਹੈ ਜਾਂ ਵਿਆਕਰਨ ਭਾਸ਼ਾ ਵਿਆਕਰਨ ਦੇ ਨਿਯਮ ਕਿਸ ਦੀ ਸ਼ੁੱਧਤਾ ਲਈ ਹੁੰਦੇ ਹਨ ਪਾਸ਼ਾ ਦੀ ਪਾਸ਼ਾ ਦੀ ਸ਼ੁੱਧਤਾ ਦਾ ਫੈਸਲਾ ਕਰਨ ਵਾਲੀ ਵਿਦਿਆ ਨੂੰ ਕੀ ਕਹਿੰਦੇ ਹਨ ਵਿਆਕਰਨ ਵਿਆਕਰਨ ਦੇ ਗਿਆਨ ਤੋਂ ਬਿਨਾ ਪਾਸ਼ਾ ਦਾ ਕਿਹੜਾ ਰੂਪ ਕਾਇਮ ਨਹੀਂ ਰਹਿੰਦਾ ਸ਼ੁੱਧ ਰੂਪ ਬੱਚਾ ਮਾਤ ਪਾਸ਼ਾ ਨੂੰ ਬੋਲਣਾ ਕਿੱਥੋਂ ਸਿੱਖਦਾ ਹੈ ਘਰ ਤੋਂ ਵਿਆਕਰਨ ਦੀ ਪਰਿਭਾਸ਼ਾ ਦਿਓ ਭਾਸ਼ਾ ਦੀ ਸ਼ੁੱਧਤਾ ਲਈ ਬਣਾਏ ਨਿਯਮਾਂ ਨੂੰ ਵਿਆਕਰਨ ਕਹਿੰਦੇ ਹਨ ਵਿਆਕਰਨ ਦੀ ਪੜ੍ਹਾਈ ਕਰਾਉਣੀ ਕਿਉਂ ਜ਼ਰੂਰੀ ਹੈ ਭਾਸ਼ਾ ਦੀ ਸ਼ੁੱਧਤਾ ਲਈ ਮਿਲਾਨ ਕਰੋ ਸ਼ਬਦਾਂ ਦੀਆਂ ਕਿਸਮਾਂ ਸ਼ਬਦ ਬੋਧ ਅੱਖਰ ਲਗਾ ਤੇ ਲਗਾਖਰ ਦੀ ਅੱਖਰ ਬੋਧ ਵਾਕਾਂ ਦੀਆਂ ਕਿਸਮਾਂ ਵਾਕ ਬੋਧ ਵਿਰੋਧ ਤਕ ਸ਼ਬਦ ਅਰਥ ਬੋਧ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ